ਲਗਭਗ 1 ਮਹੀਨੇ ਤੋਂ ਵਿਵਾਦ ਦਾ ਸਮਾਂ ਹੋ ਚੁੱਕਾ ਹੈ ਕਿ ਜਦ ਕਸ਼ਮੀਰ ਦੇ ਵਿੱਚ ਰਹਿ ਰਹਿ ਕੇ ਜਿਹੜੇ ਕਿ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਤੁਖ ਰਹੇ ਇਸ ਵਕਤ ਕਸ਼ਮੀਰ ਸੋ ਅੱਜ ਦੇ ਤਾਜ਼ਾ ਹਾਲਾਤ ਕੀ ਕਹਿੰਦੇ ਨੇ ਹਰਪ੍ਰੀਤ ਅਗਰ ਕਸ਼ਮੀਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਏ ਪਿਛਲੇ 1 ਮਹੀਨੇ ਤੋਂ ਦੇਖਿਆ ਜਾਏ 37 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਤੇ ਅੱਜ ਦੀ ਅਗਰ ਗੱਲ ਕਰੀਏ ਤੇ ਅੱਜ ਸਵੇਰੇ ਇੱਕ ਕਿਲਿੰਗ ਹੋਈ ਸੀ ਨਾਲੇ 3 ਲੋਕੀ ਜਿਹੜੇ ਨੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਇਹ ਜਿਹੜਾ ਪ੍ਰਦਰਸ਼ਨ ਸੀ ਇਹ ਕਮਰਵਾਲੀ ਦੇ ਇਲਾਕੇ ਦੇ ਵਿੱਚ ਹੋਇਆ ਸੀ ਨਾਲੇ ਕਸ਼ਮੀਰ ਸ੍ਰੀਨਗਰ ਦੇ ਆਊਟਸਕਰਟਸ ਦੀ ਅਗਰ ਗੱਲ ਕੀਤੀ ਜਾਏ ਬਡਗਾਮ ਦੇ ਵਿੱਚ ਵੀ ਕਾਫੀ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਨਿਕਲਿਆ ਸੀ ਤੇ ਜਿਹਦੇ ਉੱਪਰ ਪੁਲਿਸ ਨੇ ਟੀਅਰ ਗੈਸ ਦਾ ਇਸਤੇਮਾਲ ਕੀਤਾ ਸੀ ਉਹਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ 5 ਤੋਂ 7 ਲੋਕ ਜਿਹੜੇ ਨੇ ਜ਼ਖਮੀ ਨੇ ਤੇ ਓਵਰਆਲ ਅਗਰ ਸਿਚੁਏਸ਼ਨ ਦੀ ਗੱਲ ਕੀਤੀ ਜਾਏ ਕਾਫੀ ਹੀ ਟੈਂਸ ਸਿਚੁਏਸ਼ਨ ਬਣੀ ਹੋਈ ਹੈ ਕਸ਼ਮੀਰ ਦੇ ਵਿੱਚ ਤੇ ਹਾਲੇ ਹਾਲਾਤ ਵੀ ਕਾਫੀ ਤਣਾਅਪੂਰਨ ਨੇ 5ਵਾਂ ਦਿਨ ਹੈ ਕੰਟੀਨਿਊ ਜਿਹੜਾ ਕਿ ਕਰਫਿਊ ਲਗਾਇਆ ਗਿਆ ਹੈ ਕਸ਼ਮੀਰ ਦੇ ਵਿੱਚ ਜੀ ਅੰਮ੍ਰਿਤ ਸੋ ਜਿਸ ਤਰ੍ਹਾਂ ਦੇ ਨਾਲ ਅਮਰ ਅਬਦੁੱਲਾ ਨੇ ਵੀ ਅਪੀਲ ਕੀਤੀ ਹੈ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੇ ਲਈ ਔਰ ਪਹਿਲ ਕਰਨ ਦੀ ਮੰਗ ਕੀਤੀ ਹੈ ਕਿ ਇੱਕ ਸਿਆਸੀ ਇਕਜੁੱਟਤਾ ਦੀ ਅਪੀਲ ਕੀਤੀ ਉਹਨਾਂ ਨੇ ਕਿ ਸਾਰੇ ਜੋ ਮਾਹੌਲ ਹੈ ਉਸ ਨੂੰ ਦੇਖਦਿਆਂ ਹੋਇਆਂ ਸਭ ਨੂੰ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ ਸੋ ਉਸ ਅਪੀਲ ਦਾ ਵੀ ਕਿਧਰੇ ਕੋਈ ਅਸਰ ਦਿਖਾਈ ਦੇ ਰਿਹਾ ਤੁਹਾਨੂੰ ਹਰਪ੍ਰੀਤ ਉਮਰ ਅਬਦੁੱਲਾ ਜਿਹੜੇ ਮੁੱਖ ਮੰਤਰੀ ਨੇ ਜੰਮੂ ਕਸ਼ਮੀਰ ਦਾ ਉਹਨਾਂ ਨੇ ਇਹਨਾਂ ਦਿਨਾਂ ਵਿੱਚ ਕਾਫੀ ਵਾਰੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀ ਬਹਾਲ ਕਰਨ ਵਿੱਚ ਉਹਨਾਂ ਦਾ ਸਹਿਯੋਗ ਦੇਣ ਪਰ ਜਦ ਤੱਕ ਇਹ ਕਿਲਿੰਗਸ ਨਹੀਂ ਰੋਕੀਆਂ ਜਾਣਗੀਆਂ ਜਦ ਤੱਕ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਦੇ ਉੱਤੇ ਕੰਟਰੋਲ ਨਹੀਂ ਕੀਤਾ ਜਾਏਗਾ ਤਦ ਤੱਕ ਕਸ਼ਮੀਰ ਦੇ ਵਿੱਚ ਇੱਕ ਵਾਰੀ ਮੁੜ ਤੋਂ ਸ਼ਾਂਤੀ ਬਹਾਲ ਕਰਨਾ ਕਾਫੀ ਹੀ ਮੁਸ਼ਕਿਲ ਟਾਸਕ ਹੋਏਗਾ ਸਰਕਾਰ ਨੂੰ ਲੈ ਕੇ ਤੇ ਹਾਲੇ ਤੱਕ ਕੋਈ ਵੀ ਅਸਰ ਨਹੀਂ ਦਿਖ ਰਿਹਾ ਨਾਲੇ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀ ਹੈ ਅਸਫਲ ਡਿਗਰੀ ਪਈ ਹੈ ਕਸ਼ਮੀਰ ਦੀ ਸਥਿਤੀ ਨੂੰ ਨਿਪਟਣ ਵਿੱਚ ਜੀ ਬਹੁਤ ਬਹੁਤ ਧੰਨਵਾਦ ਅੰਮ੍ਰਿਤ ਸਾਰੀ ਜਾਣਕਾਰੀ ਦੇ ਅੰਮ੍ਰਿਤ ਬਾਲੀ ਸਾਡੇ ਪੱਤਰਕਾਰ ਜਾਣਕਾਰੀ ਦੇ ਰਹੇ ਸਨ ਕਿ ਅੱਜ ਵੀ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਅੱਜ ਸਵੇਰੇ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ 1 ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ ਨੇ ਹਾਲ ਫਿਲਹਾਲ ਜਿਹੜੀ ਸਥਿਤੀ ਉਹ ਤਣਾਅਪੂਰਨ ਬਣੀ ਹੋਈ ਹੈ